ਕੀ ਕੁਝ ਹੋਇਆ ਮੀਟਿੰਗ ਦੇ ਵਿੱਚ ਚਰਚਾ ਕਿਹਨਾਂ ਮੁੱਦਿਆਂ ਨੂੰ ਲੈ ਕੇ ਹੋਈ ਤੁਹਾਡੀ ਮੁੱਦੇ ਤਾਂ ਡਿਸਕਸ ਹੋਏ ਜਿਹੜੀਆਂ ਮੰਗਾਂ ਸਰਕਾਰ ਕੋਲੇ ਪਿਛਲੇ ਸਮੇਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਡਿਸਕਸ ਹੋਈਆਂ ਸੀ ਸਰਕਾਰ ਨੇ ਹਾਂ ਪੱਕੀ ਹੰਗਾਰਾ ਵੀ ਲਿਆ ਸੀ ਉਹਨਾਂ ਦੇ ਨਾਂ ਦਾ ਸਰਕਾਰ ਨੇ ਕੋਈ ਅੱਜ ਨੋਟੀਫਿਕੇਸ਼ਨ ਦਿੱਤੇ ਨਾ ਹੀ ਕੋਈ ਪੋਜ਼ਿਟਿਵ ਸਰਕਾਰ ਨੇ ਕਿਸੇ ਮੰਗ ਤੇ ਵੀ ਸਾਡੇ ਨਾਲ ਆਈ ਹੈ ਸਾਨੂੰ ਐਂ ਲੱਗ ਰਿਹਾ ਕਿ ਸਰਕਾਰ ਸਾਡੀ ਕੋਈ ਵੀ ਮੰਗ ਅਜੇ ਤੱਕਰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਜੀ ਇਸ ਕਰਕੇ ਜਿਹੜਾ ਸਾਡਾ ਐਕਸ਼ਨ ਚੱਲ ਰਿਹਾ ਉਹ ਚੱਲੂ ਰਹੂਗਾ ਕੱਲ ਨੂੰ ਅਸੀਂ ਸਟੇਟ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਅਸੀਂ ਹੋਰ ਵੱਡੇ ਐਕਸ਼ਨ ਲਿਖਾਂਗੇ ਸਰਕਾਰ ਹਰ ਵਾਰ ਅਗਲੀ ਮੀਟਿੰਗ ਦੇਣ ਦੀ ਗੱਲ ਕਰ ਰਿਹਾ ਸਾਨੂੰ ਇਹ ਕਹਿ ਰਿਹਾ 10 ਦਿਨਾਂ ਤੱਕ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਅਸੀਂ ਫਿਰ ਆਪਦਾ ਫੈਸਲਾ ਕਰਾਂਗੇ ਵੀ ਅਸੀਂ 10 ਦਿਨਾਂ ਤੱਕ ਕੀ ਕਰਨਾ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਕਿਹਾ ਗਿਆ ਵਿੱਤ ਮੰਤਰੀ ਸੀਗੇ ਅਮਨ ਅਰੋੜਾ ਸੀ ਧਾਲੀਵਾਲ ਸਾਹਿਬ ਅਮਨ ਅਰੋੜਾ ਜੀ ਹੈ ਨਹੀਂ ਸੀ ਧਾਲੀਵਾਲ ਸਾਹਿਬ ਸੀ ਤੇ ਚੀਮਾ ਸਾਹਿਬ ਸੀ ਪਰ ਹਰੇਕ ਗੱਲ ਦੇ ਮੰਗ ਦੇ ਉੱਤੇ ਉਹਨਾਂ ਦਾ ਸਰਕਾਰ ਦਾ ਕੋਈ ਪੋਜ਼ਿਟਿਵ ਰਵੱਈਆ ਨਹੀਂ ਸੀ ਨੈਗੇਟਿਵ ਸੀ ਹਰੇਕ ਗੱਲ ਦੇ ਉੱਤੇ ਸਰਕਾਰ ਕਿਸੇ ਵੀ ਮੰਗ ਨੂੰ ਪ੍ਰਵਾਨ ਕਰਨ ਵਾਲੇ ਪਾਸੇ ਨਹੀਂ ਆ ਰਹੀ ਸੀ ਨੈਗੇਟਿਵ ਚੱਲ ਰਹੀ ਸੀ ਹਰੇਕ ਗੱਲ ਤੇ ਨਾ ਪੁਰਾਣੀ ਪੈਨਸ਼ਨ ਸਕੀਮ ਤੇ ਜੋ ਵੀ ਮੰਗ ਹੈ ਅਜੇ ਐਸਓਪੀ ਜਾਰੀ ਕਰਨ ਦੀ ਗੱਲ ਨਹੀਂ ਕਰੀ ਜੀਪੀ ਫੰਡ ਦੇ ਖਾਤੇ ਖੋਲਣ ਦੀ ਗੱਲ ਨਹੀਂ ਕਰੀ ਏਸੀਪੀ ਸਕੀਮ ਤੇ ਨਹੀਂ ਆ ਰਹੀ ਜੀਪੀ ਫੰਡ ਵੀ ਕਹਿੰਦੇ ਵੀ ਸੀਐਮ ਸਾਹਿਬ ਡੀਏ ਕਿਸੇ ਵੀ ਗੱਲ ਤੇ ਸਰਕਾਰ ਆ ਨਹੀਂ ਰਹੀ ਜਿਸ ਕਰਕੇ ਅਸੀਂ ਸਰ ਮੀਟਿੰਗ ਛੱਡ ਕੇ ਆ ਗਏ ਹਾਂਜੀ ਸਰਕਾਰ ਫਾਈਨੈਂਸ਼ੀਅਲ ਦੱਸ ਰਹੀ ਹੈ ਸਾਡੇ ਕੋਲ ਫਾਈਨਾਂਸ ਨਹੀਂ ਹੈਗਾ ਇੱਕ ਪਾਸੇ ਸਰਕਾਰ ਕਹਿੰਦੀ ਕਿ ਸਾਡੇ ਕੋਲ ਖਜ਼ਾਨਾ ਬਹੁਤ ਭਰਿਆ ਹੈ ਕਹਿੰਦੇ ਜੀ ਸਾਡੇ ਕੋਲ ਜੇ ਅਸੀਂ ਪੈਨਸ਼ਨ ਬਹਾਲ ਕਰਦੇ ਹਾਂ ਤੇ ਸਾਨੂੰ ਸੈਂਟਰ ਨੇ ਪੈਸਾ ਨਹੀਂ ਦੇਣਾ ਇੱਕ ਪਾਸੇ ਕਹਿੰਦੇ ਸਾਡੇ ਕੋਲ ਪੈਸਾ ਬਹੁਤ ਹੈ ਇਸ ਕਰਕੇ ਤਗੜੇ ਐਕਸ਼ਨ ਲਿਖਾ ਨਹੀਂ ਸੀ ਲਹਿਰ ਦੇ ਨਾਲ ਬਹੁਤ ਵੱਡਾ ਧੋਖਾ ਹੈ ਜੀ ਇਹ ਇੱਕ ਮਹੀਨਾ ਹੋ ਗਿਆ ਤੁਹਾਨੂੰ ਹੜਤਾਲ ਤੇ ਬੈਠਿਆਂ ਨੂੰ ਪੰਜਾਬ ਦੇ ਲੋਕੀ ਖੱਜਲ ਖਵਾਰ ਹੋ ਰਹੇ ਤੁਹਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ ਪਈਆਂ ਨੇ ਹੁਣ ਹੜਤਾਲ ਨੂੰ ਸਮਾਪਤ ਕਰੋਗੇ ਜਾਂ ਅੱਗੇ ਹੋਰ ਵੱਡੇ ਐਕਸ਼ਨ ਦੋਗੇ ਅਸੀਂ ਕੱਲ ਮੀਟਿੰਗ ਕਰਾਂਗੇ ਸਟੇਟ ਦੀ ਉਹਦੇ ਚ ਵੱਡੇ ਐਕਸ਼ਨ ਲਿਖਾਂਗੇ ਠੀਕ ਹੈ ਜਿਹੜੇ ਪਬਲਿਕ ਖਰਾਬ ਹੋ ਰਹੀ ਹੈ ਸਾਡੇ ਕਰਕੇ ਨਹੀਂ ਹੋ ਰਹੀ ਸਰਕਾਰ ਕਰਕੇ ਹੋ ਰਹੀ ਹੈ ਜੇ ਸਰਕਾਰ ਅਸੀਂ ਜਦੋਂ ਪਹਿਲਾਂ ਹੀ ਨੋਟਿਸ ਦਿੱਤੇ ਸੀ ਸਰਕਾਰ ਨੂੰ ਮੀਟਿੰਗ ਦੇ ਸਰਕਾਰ ਉਦੋਂ ਹੀ ਬੁਲਾ ਕੇ ਪੋਸਟੋ ਮੀਟਿੰਗ ਕਰਦੀ ਸਾਡੀਆਂ ਮੰਗਾਂ ਮੰਨ ਲੈਂਦੀ ਨਾ ਪਬਲਿਕ ਹਰਾਸ ਹੁੰਦੀ ਨਾ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕਦੀਆਂ ਸਾਨੂੰ ਤਾਂ ਮਜਬੂਰ ਨਾਲ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੋਕੀਆਂ ਪਈਆਂ ਕੱਲ ਵਾਲੀ ਮੀਟਿੰਗ 'ਚ ਅਸੀਂ ਸਟੇਟ ਦੀ ਮੀਟਿੰਗ ਕਰ ਰਹੇ ਹਾਂ ਉਹਦੇ ਵਿੱਚ ਵੱਡੇ ਫੈਸਲੇ ਲਵਾਂਗੇ ਅਸੀਂ ਆਨਲਾਈਨ ਆਪਣੇ ਪੰਜਾਬ ਦੀ ਮੀਟਿੰਗ ਕਰਾਂਗੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੀ ਉਹਦੇ ਵਿੱਚ ਵੱਡੇ ਫੈਸਲੇ ਲਵਾਂਗੇ ਠੀਕ ਹੈ ਸਖਤ ਫੈਸਲੇ ਲਏ ਜਾਣਗੇ ਅਸੀਂ ਮੁਲਾਜ਼ਮ ਹਿੱਤਾਂ ਨੂੰ ਆਪਣਿਆਂ ਨੂੰ ਮੰਗਾਂ ਨੂੰ ਅਸੀਂ ਛੱਡਾਂਗੇ ਨਹੀਂ ਅਸੀਂ ਹਰੇਕ ਦਾ ਤੱਕਰ ਜਾਵਾਂਗੇ ਜਿੱਥੋਂ ਤੱਕ ਸਾਡਾ ਪਹੁੰਚਾ ਪਿਆ ਜੇ ਸਰਕਾਰ ਦੇ ਵਿੱਚ ਏਡਾ ਅੜੀਆ ਰਵੱਈਆ ਤੇ ਫਿਰ ਮੁਲਾਜ਼ਮ ਹੀ ਤਾਂ ਸਰਕਾਰ ਦੇ ਨੇ ਨਾ ਠੀਕ ਕੰਮ ਵੀ ਅਸੀਂ ਸਰਕਾਰ ਦਾ ਕਰਦੇ ਹਾਂ ਹਰੇਕ ਥਾਂ ਤੇ ਨਹੀਂ ਅੱਜ ਤਜਿੰਦਰ ਭਾਜੀ ਅੱਗੇ ਤੁਹਾਡੀ ਫਿਰ ਡੀਸੀ ਦਫ਼ਤਰ ਵੀ ਚਾਹੀਦੇ ਹਨ ਕੋਈ ਨੀ ਅੱਗੇ ਜਾਂਦਾ ਮਾਈਕ ਰੈਡੀ ਜੀ ਤੇਜਿੰਦਰ ਭਾਜੀ ਜਿਸ ਤਰੀਕੇ ਦੇ ਨਾਲ ਪੰਜਾਬ ਸਟੇਟ ਮਿਨਿਸਟਰ ਸਰਵਿਸ ਯੂਨੀਅਨ ਸਹਿਮਤ ਨਹੀਂ ਅੱਜ ਦੀ ਮੀਟਿੰਗ ਦੇ ਨਾਲ ਡੀਸੀ ਦਫ਼ਤਰ ਕਰਮਚਾਰੀ ਆ ਜਾ ਕੋਈ ਨਾ ਠੀਕ ਹੈ ਪੁੱਛੋ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਮੀਟਿੰਗ ਦੇ ਵਿੱਚ ਸਹਿਮਤੀ ਤੇ ਆ ਜਾਂ ਨਹੀਂ ਸਹਿਮਤ ਮੰਗਾਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਜਿਹਦੇ ਵਿੱਚ ਤਕਰੀਬਨ 52 ਵਿਭਾਗ ਕੰਮ ਕਰ ਰਹੇ ਆ ਸੋ ਡੀਸੀ ਦਫ਼ਤਰ ਜਿਹੜਾ ਆ ਉਹਦੇ ਵੱਲੋਂ ਪੀਐਸਐਮਐਸ ਨੂੰ ਪੂਰਾ ਸਮਰਥਨ ਹੈ ਸਾਰੇ ਵਿਭਾਗਾਂ ਵੱਲੋਂ ਪੀਐਸਐਮਐਸ ਨੂੰ ਪੂਰਾ ਸਮਰਥਨ ਹੈ ਅੱਜ ਦੀ ਮੀਟਿੰਗ 'ਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਪੁਰਾਣੀ ਪੈਨਸ਼ਨ ਤੇ ਅਸੀਂ ਸਰਕਾਰ ਨੂੰ ਕਿਹਾ ਕਿ ਛੱਤੀਸਗੜ੍ਹ ਸਰਕਾਰ ਨੇ ਮਾਰਚ 2023 ਦੇ ਵਿੱਚ ਨੋਟੀਫਿਕੇਸ਼ਨ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਅਪ੍ਰੈਲ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਕਰਮਚਾਰੀਆਂ ਦੇ ਸੀਪੀਐਫ ਖਾਤੇ ਤੋਂ ਜੀਪੀਐਫ ਖਾਤੇ ਕਰਕੇ ਉਹ ਦਿੱਤੀ ਹੈ ਕਿ ਪੰਜਾਬ ਸੂਬਾ ਉਹ ਨਹੀਂ ਕਰ ਸਕਦਾ ਜਿਹਦੇ ਤੇ ਸਰਕਾਰ ਕੋਲੇ ਕੋਈ ਸਪਸ਼ਟੀਕਰਨ ਨਹੀਂ ਸੀਗਾ ਸੋ ਉਸ ਤੋਂ ਇਲਾਵਾ ਅਸੀਂ ਸਰਕਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ 46% ਡੀਏ ਦਿੱਤਾ ਹੋਇਆ ਪੰਜਾਬ ਸਰਕਾਰ ਅਜੇ 34% ਤੇ ਮੁਲਾਜ਼ਮਾਂ ਕੋਲ ਕੰਮ ਕਰਵਾ ਰਹੀ ਹੈ ਸਾਡੇ ਗੁਆਂਢੀ ਸੂਬੇ ਹਿਮਾਚਲ ਤੇ ਹਰਿਆਣਾ ਦੋਵੇਂ ਸੂਬੇ ਜਿਹੜੇ ਆਪਣੇ ਆਪਣੇ ਕਰਮਚਾਰੀਆਂ ਨੂੰ 46% ਨਾਲ ਤਨਖਾਹ ਦੇ ਰਹੇ ਆ ਇੱਕ ਪੰਜਾਬ ਸੂਬਾ ਅਜਿਹਾ ਕਿ ਜਿਹਦੇ ਵਿੱਚ ਕਰਮਚਾਰੀ 34% ਤੇ ਕੰਮ ਕਰ ਰਹੇ ਆ ਔਰ ਸਰਕਾਰ ਨੂੰ ਸਾਡਾ ਸਵਾਲ ਹੈ ਕਿ ਇੱਕ ਹਰਿਆਣਾ ਸਟੇਟ ਤੇ ਹਿਮਾਚਲ ਸਟੇਟ ਉਹ ਪੰਜਾਬ ਨੂੰ ਕਦੀ ਕਾਪੀ ਕਰਿਆ ਕਰਦੀ ਹੁੰਦੀ ਸੀ ਅੱਜ ਅਸੀਂ ਹਰਿਆਣਾ ਤੇ ਹਿਮਾਚਲ ਨੂੰ ਵੀ ਕਾਪੀ ਨਹੀਂ ਕਰ ਰਹੇ ਇਹਦੇ ਨਾਲ ਨਾਲ ਕਰਮਚਾਰੀਆਂ ਦਾ ਜਿਹੜਾ 200 ਰੁਪਏ ਵਿਕਾਸ ਟੈਕਸ ਬੰਦ ਕਰਨਾ ਹੈ ਉਹਦੇ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਸਟੈਨੋ ਕਾਰਡ ਦੀਆਂ ਪ੍ਰਮੋਸ਼ਨਾਂ ਦੇ ਚੈਨਲ ਵਧਾਉਣੇ ਉਹਦੇ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਜਿਹੜਾ ਸੇਵਾ ਪੇ ਕਮਿਸ਼ਨ ਮੁਲਾਜ਼ਮਾਂ ਤੇ ਲਾਗੂ ਕਰਨਾ ਆ ਉਹਦੇ ਬਾਰੇ ਸਰਕਾਰ ਚੁੱਪੀ ਧਾਰੀ ਬੈਠੀ ਹੈ ਜਿਹੜਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ 2 ਸਾਲ ਕਰਨਾ ਹੈ ਉਹਦੇ ਵਿੱਚ ਕਰਮਚਾਰੀਆਂ ਨੂੰ ਪੂਰੇ ਭੱਤੇ ਨਾਲ ਤਨਖਾਹ ਦੇਣੀ ਹੈ ਉਹਦਾ ਵੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਵੱਖ ਵੱਖ ਵਿਭਾਗਾਂ ਦੇ ਵਿੱਚ ਸਰਕਾਰ ਵੱਲੋਂ 37 ਤਰ੍ਹਾਂ ਦੇ ਭੱਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹਨਾਂ ਤੇ ਵੀ ਸਰਕਾਰ ਨੇ ਕੁੱਲ ਮਿਲਾ ਕੇ ਦੱਸੋ ਕਿੰਨੀਆਂ ਮੰਗਾਂ ਜਿਹਦਾ ਮੈਂ ਜ਼ਿਕਰ ਕਰਾਂ ਵੀ ਕਿਸੇ ਵੀ ਮੰਗ ਤੇ ਸਰਕਾਰ ਨੇ ਕੋਈ ਹਾਮੀ ਨਹੀਂ ਭਰੀ ਔਰ ਨਾ ਹੀ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਸਰਕਾਰ ਜਲਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਕੇ ਉਹਨਾਂ ਦੇ ਕਰਮਚਾਰੀ ਜੀਪੀ ਫੰਡ ਦੇ ਖਾਤੇ ਖੋਲਣ ਜਾ ਰਹੀ ਹੈ ਸੋ ਇਸ ਤਰੀਕੇ ਇਸ ਚੀਜ਼ ਨੂੰ ਲੈ ਕੇ ਜਥੇਬੰਦੀ 'ਚ ਅੱਜ ਬਹੁਤ ਨਿਰਾਸ਼ਾ ਪਾਈ ਗਈ ਹੈ ਜਥੇਬੰਦੀ ਵੱਲੋਂ ਸਰਕਾਰ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਜਦੋਂ ਤੱਕ
एडी वड्डी जथेबंदी पंजाब स्टेट म्युनिसिपल सर्विस यूनियन, मैं एक बार फिर दसदा कि 52 विभाग और 52 विभाग वो ने डीसी दफ्तर, खजाना विभाग, कर ते आबकारी विभाग, जल सप्लाई विभाग, इरीगेशन डिपार्टमेंट, रोजगार डिपार्टमेंट, खेतीबाड़ी विभाग, सो अनेक विभाग ने जेडे सरकार का अहम अंग है। सो जे सरकार अपने अहम अंग नू अणगौलिया करूगी तो असी भी सरकार दे नाल इस गलों नाराज हाँ। सो कल नू पीएसएम दी सूबा पदरी मीटिंग दे विच अगले तिखे संघर्ष दा ऐलान जिहड़ा ओह कीता जाए। 9 दसंबर नू एक वड्डा अंदोलन शुरू होने जा रहा तुहाडा मोहाली दे विच, इस जो पुरानी पेंशन स्कीम नू लैके, उस दे विच तुहाडियां जथेबंदियां शमूलियत करनगियां। कल फैसला देखो, उस गल दा भी फैसला कल दी मीटिंग च लिया जाऊगा कि पंजाब सरकार नू समुचे पंजाब दा जिहड़ा काम आया ओह किसे भी कलैरिक किसे भी कैडर दा आया, असी पूरे एक मंच ते इकट्ठे होके सरकार नू पूरा घेरांगे। ठीक है।